ਮੇਰੀ ਕਲੈਕਸ਼ਨ ਵਿੱਚ ਸ਼ਾਮਲ ਤਿੰਨ ਹੋਰ ਕੋਇਨ ਸੈੱਟ ਜਿਹੜੇ ਇਸ ਟਾਈਮ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਅੱਜ ਆਪਾਂ ਦੇਖਾਂਗੇ ਇਸ ਵੀਡੀਓ ਵਿੱਚ ਤੇ ਮੇਰੀ ਕਲੈਕਸ਼ਨ ਵਿੱਚ ਇਹ ਟੋਟਲ ਤਿੰਨ ਸੈੱਟ ਸ਼ਾਮਲ ਨੇ ਜਿਵੇਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੇ ਆਹ ਉਸ ਕੋਇਨ ਦੀ ਪਿਕਚਰ ਆ ਜਿਹਦੀ ਅੱਜ ਆਪਾਂ ਇਹਦੇ 'ਚ ਗੱਲਬਾਤ ਕਰਾਂਗੇ ਵੀਡੀਓ ਵਿੱਚ ਤੇ 2013 ਦਾ ਕੋਇਨ ਆ ਇਹ ਤੇ ਇੱਕ ਜਾਨਵਰ ਆ ਇਹਦੀ ਪਿਕਚਰ ਲਾਈ ਗਈ ਆ ਤੇ 20 ਡਾਲਰ ਦਾ ਕੋਇਨ ਆ ਅਨ ਸਰਕੂਲੇਟਡ ਕੋਇਨ ਆ ਕੈਨੇਡਾ ਗਵਰਨਮੈਂਟ ਵੱਲੋਂ ਰਾਇਲ ਕੈਨੇਡੀਅਨ ਮਿੰਟ ਵੱਲੋਂ ਇਹ ਜਾਰੀ ਕੀਤਾ ਗਿਆ ਤੇ 100% ਇਹ ਸਿਲਵਰ ਦਾ ਕੋਇਨ ਆ ਇਹਦੀ ਜਿਹੜੀ ਫੇਸ ਵੈਲਿਊ ਉਹ 20 ਡਾਲਰ ਆ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਇਹ 20 ਡਾਲਰ ਵਿੱਚ ਹੀ ਸੈਲ ਕੀਤਾ ਸੀਗਾ ਕੈਨੇਡੀਅਨ ਮਿੰਟ ਨੇ ਤੇ ਬਾਕੀ ਬੈਕ ਸਾਈਡ ਦੇ ਉੱਤੇ ਇਹ ਪਿਕਚਰ ਲੱਗੀ ਹੋਈ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਜੰਗਲ ਦੀ ਰੰਗਦਾਰ ਇਹ ਉਹਦਾ ਬਾਹਰਲੀ ਫੋਲਡਰ ਆ ਤੇ ਇਹ ਸੀਰੀਜ਼ ਬਾਰੇ ਆਪਾਂ ਪਹਿਲਾਂ ਬਹੁਤ ਗੱਲਬਾਤ ਕੀਤੀ ਹੋਈ ਆ ਪਿਛਲੀਆਂ ਵੀਡੀਓ ਵਿੱਚ ਤੇ ਇਹਦੇ ਕਾਫੀ ਸਾਰੇ ਕੋਇਨ ਜਿਨ੍ਹਾਂ ਦੀ ਆਪਾਂ ਵੀਡੀਓ ਬਣਾ ਚੁੱਕੇ ਹਾਂ ਉਹ ਵੀ ਤੁਸੀਂ ਪਿਛਲੀਆਂ ਵੀਡੀਓਾਂ ਵਿੱਚੋਂ ਦੇਖ ਸਕਦੇ ਆ ਤੇ ਇਹ ਉਹ ਸੀਰੀਜ਼ ਆ ਜਿਹੜੀ ਬਹੁਤ ਜ਼ਿਆਦੇ ਹਾਰਮਨ ਪਿਆਰੀ ਹੋਈ ਸੀ ਕੈਨੇਡਾ ਮਿੰਟ ਦੀ ਪਰ ਅੱਜ ਕੱਲ ਇਹ ਬੰਦ ਆ ਇਸ ਤਰ੍ਹਾਂ ਦਾ ਇਹ 2013 ਦਾ ਕੋਇਨ ਇਹਨੂੰ ਹੁਣ ਆਪਾਂ ਓਪਨ ਕਰਕੇ ਦੇਖਦੇ ਆ ਤੇ ਇਧਰਲੀ ਸਾਈਡ ਦੇ ਉੱਤੇ ਇਹ ਕੋਇਨ ਆ ਬੈਕ ਸਾਈਡ ਤੇ ਉਹਦੀ ਪਿਕਚਰ ਆ ਜਾਨਵਰ ਦੀ ਤੇ ਆ ਹੈਗਾ ਉਹ ਕੋਇਨ ਇਸ ਤਰ੍ਹਾਂ ਦਾ ਬਹੁਤ ਸੋਹਣਾ ਕੋਇਨ ਆ ਜਿਵੇਂ ਤੁਸੀਂ ਦੇਖ ਸਕਦੇ ਆ ਇਹ ਜਾਨਵਰ ਦੀ ਬਹੁਤ ਸੋਹਣੀ ਪਿਕਚਰ ਬਣਾਈ ਹੋਈ ਆ ਤੇ ਇੱਥੇ 2013 ਲਿਖਿਆ ਹੋਇਆ ਐ ਇੱਥੇ ਆ 20 ਡਾਲਰ ਤੇ ਸਿਲਵਰ ਦਾ ਇਹ ਦੱਸਿਆ ਹੋਇਆ ਪਿਓਰ ਸਿਲਵਰ ਦਾ ਕੋਇਨ ਆ ਕੈਨੇਡਾ ਦਾ ਤੇ ਬਾਕੀ ਇਹਦੇ ਵਿੱਚ ਜਿਹੜੀ ਹੈਗੀ ਆ ਉਹ ਆ ਇਹ ਪਹਿਲਾਂ ਵਾਲੇ ਕੋਇਨਾ ਦੀ ਤਰ੍ਹਾਂ ਸਰਟੀਫਿਕੇਟ ਆ ਇੱਕ ਇਹਦੇ ਬਾਰੇ ਇਨਫੋਰਮੇਸ਼ਨ ਆ ਜਿਹੜੀ ਇੱਧਰ ਇੰਗਲਿਸ਼ ਆ ਇੱਧਰ ਫ੍ਰੈਂਚ ਵਿੱਚ ਤੇ ਇਹ ਤੁਸੀਂ ਆਪਣੇ ਆਪ ਇਹਦੇ ਤੋਂ ਪੜ ਸਕਦੇ ਹੋ ਤੇ ਥੱਲੇ ਇਹਨਾਂ ਦੀ ਕੁਆਂਟੀਟੀ ਬਾਰੇ ਦੱਸਿਆ ਹੋਇਆ ਵਰਲਡਵਾਈਡ ਇਹ 2.5 ਲੱਖ ਕੋਇਨ ਜਾਰੀ ਕੀਤੇ ਸੀਗੇ ਕੈਨੇਡਾ ਗਵਰਨਮੈਂਟ ਵੱਲੋਂ ਤੇ ਸਿਲਵਰ ਦਾ ਕੋਇਨਾ ਇਹਦਾ weight ਦੱਸਿਆ 7.96 ਘੇਰਾ ਦੱਸਿਆ ਹੋਇਆ 22mm ਤੇ ਫੇਸ ਵੈਲਿਊ ਉੱਪਰ ਦੇਖ ਹੀ ਲਈ ਤੇ ਆਰਟਿਸਟ ਇਹਨਾਂ ਦੇ ਜਿਨ੍ਹਾਂ ਨੇ ਬਣਾਉਣ ਵਾਲੇ ਇਹਨਾਂ ਨੂੰ ਤੇ ਥੱਲੇ ਇਹ ਸਰਟੀਫੀਕੇਟ ਦਿੱਤਾ ਹੋਇਆ ਕੈਨੇਡਾ ਗਵਰਨਮੈਂਟ ਤੋਂ ਤੇ ਇਹ ਸਾਰੀ ਜਾਣਕਾਰੀ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੋਈ ਆ ਪਹਿਲਾਂ ਵਾਲੇ ਕੋਈ ਇੰਨਾ ਦੀ ਤਰ੍ਹਾਂ ਹੋਰ ਇਹਦੇ ਵਿੱਚ ਕੋਈ ਖਾਸ ਨਹੀਂ ਬਸ ਇਹੀ ਇਹ ਕੋਇਨ ਆ ਤੇ ਸੋਨਾ ਕੋਇਨ ਇਸ ਤਰ੍ਹਾਂ ਦਾ ਆਸ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ। ਦੇਖਦੇ ਰਹੋ, ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ। ਧੰਨਵਾਦ।